ਸੀਐਮ ਕੇਜਰੀਵਾਲ ਦੀ ਪਟੀਸ਼ਨ ਤੇ ਈਡੀ ਨੂੰ ਨੋਟਿਸ ਜਾਰੀ ਕਰ ਕੀਤਾ ਗਿਆ। ਰੋਜ਼ ਐਵੀਨਿਊ ਕੋਰਟ ਨੇ ਈਡੀ ਤੋਂ ਜਵਾਬ ਮੰਗਿਆ। ਜੇਲ੍ਹ ਦੇ ਵਿੱਚ ਕੇਜਰੀਵਾਲ ਦੇ ਸ਼ੂਗਰ ਲੈਵਲ ਦੀ ਨਿਯਮਤ ਜਾਂਚ ਦੀ ਮੰਗ ਕੀਤੀ ਗਈ ਆ। ਮਾਮਲੇ ਦੇ ਵਿੱਚ ਹੁਣ 18 ਅਪ੍ਰੈਲ ਨੂੰ ਦੁਪਹਿਰ 2 ਵਜੇ ਅਗਲੀ ਸੁਣਵਾਈ ਹੋਵੇਗੀ। ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਜੋ ਕਿ ਘੱਟ ਰਿਹਾ, ਜੋ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਵੱਧ ਘੱਟ ਰਿਹਾ। ਪਹਿਲਾਂ ਵਾਲੇ ਡਾਕਟਰ ਤੋਂ ਹਫ਼ਤੇ ਦੇ ਵਿੱਚ 3 ਦਿਨ ਵਰਚੁਅਲੀ ਮਸ਼ਵਰਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ, ਇਹ ਮੰਗ ਕੀਤੀ ਗਈ ਹੈ। ਰਾਸ਼ਟਰ ਦੌਰਾਨ ਕੇਜਰੀਵਾਲ ਦਾ ਬਲੱਡ ਸ਼ੂਗਰ ਲੈਵਲ 40 ਤੱਕ ਪਹੁੰਚਿਆ। ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ। ਸੀਐਮ ਕੇਜਰੀਵਾਲ ਦੀ ਪਟੀਸ਼ਨ ਤੇ ਈਡੀ ਨੂੰ ਨੋਟਿਸ ਜਾਰੀ ਕੀਤਾ ਗਿਆ। ਰੋਜ਼ ਐਵੀਨਿਊ ਕੋਰਟ ਦੇ ਦਰਅਸਲ ਈਡੀ ਤੋਂ ਇਹ ਪੂਰੇ ਮਾਮਲੇ ਦੇ ਵਿੱਚ ਜਵਾਬ ਮੰਗਿਆ ਗਿਆ। ਜੇਲ੍ਹ ਦੇ ਵਿੱਚ ਕੇਜਰੀਵਾਲ ਦੇ ਸ਼ੂਗਰ ਲੈਵਲ ਦੀ ਨਿਯਮਤ ਜਾਂਚ ਦੀ ਮੰਗ ਕੀਤੀ ਗਈ ਹੈ ਇਸ ਪਟੀਸ਼ਨ ਦੇ ਜ਼ਰੀਏ। ਅਤੇ ਮਾਮਲੇ ਦੇ ਵਿੱਚ ਹੁਣ 18 ਅਪ੍ਰੈਲ ਨੂੰ ਦੁਪਹਿਰ 2 ਵਜੇ ਜਿਹੜੀ ਕਿ ਅਗਲੀ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ। ਵਕੀਲ ਦਾ ਕਹਿਣਾ ਕਿ ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਵੱਧ ਘੱਟ ਰਿਹਾ। ਪਹਿਲਾਂ ਵਾਲੇ ਡਾਕਟਰ ਤੋਂ ਹਫ਼ਤੇ ਦੇ ਵਿੱਚ 3 ਦਿਨ ਵਰਚੁਅਲੀ ਮਸ਼ਵਰਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਇਸ ਪਟੀਸ਼ਨ ਦੇ ਜ਼ਰੀਏ, ਜੋ ਕਿ ਮੰਗ ਕੀਤੀ ਗਈ ਹੈ। ਹਿਰਾਸਤ ਦੌਰਾਨ ਕੇਜਰੀਵਾਲ ਦਾ ਬਲੱਡ ਸ਼ੂਗਰ ਲੈਵਲ 40 ਤੱਕ ਪਹੁੰਚਿਆ। ਤੁਹਾਨੂੰ ਦੱਸ ਦਈਏ ਕਿ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਜੋ ਕਿ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ, 21 ਮਾਰਚ ਨੂੰ ਦਰਅਸਲ ਉਹਨਾਂ ਨੂੰ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ। ਉਸ ਤੋਂ ਬਾਅਦ 2 ਵਾਰ ਈਡੀ ਦੇ ਵੱਲੋਂ ਰਿਮਾਂਡ ਹਾਸਲ ਕੀਤਾ ਗਿਆ ਅਤੇ ਫਿਲਹਾਲ ਨਿਆਂਇਕ ਹਿਰਾਸਤ ਦੇ ਵਿੱਚ ਨੇ। ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਬੰਦ ਨੇ ਅਤੇ ਇਸ ਦੇ ਵਿਚਾਲੇ ਕੇਜਰੀਵਾਲ ਦੀ ਪਟੀਸ਼ਨ ਅਤੇ ਈਡੀ ਨੂੰ ਨੋਟਿਸ ਜਾਰੀ ਕੀਤਾ ਗਿਆ ਰੋਜ਼ ਐਵੀਨਿਊ ਕੋਰਟ ਦੇ ਵੱਲੋਂ। ਜੇਲ੍ਹ ਦੇ ਵਿੱਚ ਕੇਜਰੀਵਾਲ ਦੇ ਸ਼ੂਗਰ ਲੈਵਲ ਦੀ ਨਿਯਮਤ ਜਾਂਚ ਦੀ ਇਸ ਪਟੀਸ਼ਨ ਦੇ ਜ਼ਰੀਏ ਦਰਅਸਲ ਮੰਗ ਕੀਤੀ ਗਈ ਹੈ। ਅਤੇ ਮਾਮਲੇ ਦੇ ਵਿੱਚ ਹੁਣ 18 ਅਪ੍ਰੈਲ ਨੂੰ ਦੁਪਹਿਰ 2 ਵਜੇ ਅਗਲੀ ਸੁਣਵਾਈ ਹੋਵੇਗੀ। ਅਗਲੀ ਵੱਡੀ ਖਬਰ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ। ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ ਮੁੰਬਈ ਪੁਲਿਸ ਫਾਇਰਿੰਗ ਦੇ ਪਿੱਛੇ। ਲਾਰੈਂਸ ਗੈਂਗ ਦਾ ਹੱਥ ਦੱਸਿਆ ਜਾ ਰਿਹਾ। ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੇ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹ ਜ਼ਿੰਮੇਵਾਰੀ ਲਈ ਗਈ ਹੈ। ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਹੈ ਅਨਮੋਲ ਬਿਸ਼ਨੋਈ। ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ, ਕਿਉਂਕਿ 2 ਸ਼ੂਟਰ ਨੂੰ ਜਿਹੜਾ ਕਿ ਇਸ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ, ਜੋ ਕਿ ਪਿਛਲੇ ਦਿਨੀ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ। 2 ਸ਼ੂਟਰਾਂ ਦੇ ਵੱਲੋਂ 5 ਰਾਊਂਡ ਫਾਇਰਿੰਗ ਕੀਤੀ ਗਈ ਅਤੇ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਜਾਣਕਾਰੀ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਮੁੰਬਈ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਫਾਇਰਿੰਗ ਦੇ ਪਿੱਛੇ ਲਾਰੈਂਸ ਗੈਂਗ ਦਾ ਹੱਥ ਦੱਸਿਆ ਜਾ ਰਿਹਾ। ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ। ਜਦੋਂ ਪਿਛਲੇ ਦਿਨ ਇਹ ਪੂਰੀ ਘਟਨਾ ਵਾਪਰਦੀ ਹੈ, ਸਲਮਾਨ ਖਾਨ ਦੇ ਘਰ ਦੇ ਬਾਹਰ 2 ਸ਼ੂਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ 'ਚ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਇਸ ਪੂਰੀ ਘਟਨਾ ਦੀ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਸੀ। ਇੱਥੇ ਵੀ ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਨੇ। ਉਸ ਦੇ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਦੇ ਵਿੱਚ ਵੀ ਵਾਧਾ ਕੀਤਾ ਗਿਆ ਅਤੇ ਜਦੋਂ ਹੁਣ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਲਗਾਤਾਰ ਮੁੰਬਈ ਪੁਲਿਸ ਦੇ ਵੱਲੋਂ ਕ੍ਰਾਈਮ ਬ੍ਰਾਂਚ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਲਾਰੈਂਸ ਬਿਸ਼ਨੋਈ ਤੋਂ ਵੀ ਹੁਣ ਮੁੰਬਈ ਪੁਲਿਸ ਦੇ ਵੱਲੋਂ ਸਵਾਲ ਜਵਾਬ ਕੀਤੇ ਜਾਣਗੇ। ਫਾਇਰਿੰਗ ਦੇ ਪਿੱਛੇ ਲਾਰੈਂਸ ਗੈਂਗ ਦਾ ਕਿਉਂਕਿ ਹੱਥ ਦੱਸਿਆ ਜਾ ਰਿਹਾ, ਉਸ ਐਂਗਲ ਤੋਂ ਵੀ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ। ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੇ ਇਸ ਫਾਇਰਿੰਗ ਮਾਮਲੇ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ 'ਤੇ ਦਰਅਸਲ ਪੂਰੀ ਪੋਸਟ ਪਾਈ ਗਈ ਸੀ, ਪੋਸਟ ਪਾ ਕੇ ਇਸ ਜ਼ਿੰਮੇਵਾਰੀ ਲਈ ਸੀ ਅਨਮੋਲ ਬਿਸ਼ਨੋਈ, ਜਿਹੜਾ ਕਿ ਫਿਲਹਾਲ ਵਿਦੇਸ਼ ਦੇ ਵਿੱਚ ਲੁਕਿਆ ਹੋਇਆ। ਉੱਥੇ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਵਾਲੇ ਆਖਿਰਕਾਰ ਗ੍ਰਿਫਤਾਰ ਕਰ ਲਏ ਗਏ ਨੇ। ਮੁੰਬਈ ਕ੍ਰਾਈਮ ਬ੍ਰਾਂਚ ਨੇ 2 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਦੋਹਾਂ ਨੂੰ ਗੁਜਰਾਤ ਦੇ ਕੱਛ ਤੋਂ ਗ੍ਰਿਫਤਾਰ ਕੀਤਾ ਗਿਆ। ਸ਼ੂਟਰ ਸਾਗਰ ਤੇ ਵਿੱਕੀ ਨੂੰ ਕਾਬੂ ਕੀਤਾ ਗਿਆ। ਪੁਲਿਸ ਨੂੰ ਦੋਵੇਂ ਸ਼ੂਟਰਾਂ ਦਾ 25 ਅਪ੍ਰੈਲ ਤੱਕ ਰਿਮਾਂਡ ਵੀ ਮਿਲ ਗਿਆ। ਸ਼ੂਟਰ ਵਿੱਕੀ ਬਾਈਕ ਚਲਾ ਰਿਹਾ ਸੀ, ਜੋ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ। ਜਦੋਂ ਦਰਅਸਲ ਪੂਰੀ
ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਅਤੇ ਪੁਲਿਸ ਨੇ ਖੁਲਾਸਾ ਕੀਤਾ ਕਿ ਸ਼ੂਟਰ ਵਿੱਕੀ ਜੋ ਕਿ ਬਾਈਕ ਚਲਾ ਰਿਹਾ ਸੀਗਾ ਅਤੇ ਬਾਈਕ ਦੇ ਪਿੱਛੇ ਬੈਠਾ ਹੀ ਸ਼ੂਟਰ ਸਾਗਰ, ਜਿਸ ਦੇ ਵੱਲੋਂ 5 ਫਾਇਰ ਕੀਤੇ ਗਏ। ਸਲਮਾਨ ਦੇ ਘਰ 'ਤੇ ਇੱਕ ਫਾਇਰ ਲੱਗਿਆ ਸੀਗਾ। ਮੁੰਬਈ ਪੁਲਿਸ ਮੁਤਾਬਿਕ ਮੁਲਜ਼ਮਾਂ ਨੇ ਘਟਨਾ ਦੇ ਵਿੱਚ ਇਸਤੇਮਾਲ ਬਾਈਕ 2 ਅਪ੍ਰੈਲ ਨੂੰ 24,000 ਰੁਪਏ ਦੇ ਵਿੱਚ ਖਰੀਦੀ ਸੀ। 10 ਮਾਰਚ ਤੋਂ ਦੋਵੇਂ ਮੁਲਜ਼ਮ ਪਨਵੇਲ ਦੇ ਵਿੱਚ ਕਿਰਾਏ ਦੇ ਫਲੈਟ ਦੇ ਵਿੱਚ ਰਹਿ ਰਹੇ ਸਨ। ਇਸ ਦੌਰਾਨ ਮੁਲਜ਼ਮਾਂ ਨੇ 3-4 ਵਾਰ ਸਲਮਾਨ ਖਾਨ ਦੇ ਘਰ ਦੀ ਰੇਕੀ ਕੀਤੀ ਸੀ ਅਤੇ ਉਸ ਤੋਂ ਬਾਅਦ 'ਚ ਇਹ ਫਾਇਰਿੰਗ ਕਰਨ ਦੇ ਲਈ ਦੋਵੇਂ ਸ਼ੂਟਰ, ਦੋਵੇਂ ਮੁਲਜ਼ਮ ਜਿਹੜੇ ਕਿ ਬਾਈਕ 'ਤੇ ਸਵਾਰ ਹੋ ਕੇ ਪਹੁੰਚਦੇ ਨੇ, 5 ਰਾਊਂਡ ਫਾਇਰ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਉਸ ਤੋਂ ਬਾਅਦ 'ਚ ਆਖਿਰਕਾਰ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ 2 ਸ਼ੂਟਰਾਂ ਨੂੰ ਕਾਬੂ ਕਰ ਲਿਆ ਜਾਂਦਾ ਅਤੇ ਇਸ ਗ੍ਰਿਫਤਾਰੀ ਤੋਂ ਬਾਅਦ 'ਚ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਕਈ ਵੱਡੇ ਖੁਲਾਸੇ ਵੀ ਕੀਤੇ ਗਏ ਨੇ। इंटेलिजेंस के आधार पे हमको ऐसा पता चला कि ये जो दोनों आरोपी हैं बाइक वाले, ये गुजरात भुज के आसपास कहीं हो सकते हैं। उसके बाद इमीडिएटली यूनिट 11 के PI भरत गोणे इनकी टीम और उनके थोड़ा पीछे ही PI AEC अरुण थोरात, इनकी 2 टीम्स को इमीडिएटली भेजा गया। लगभग 250-300 किलोमीटर चलने के बाद ये टीम वहाँ पर भुज डिस्ट्रिक्ट में नखतराड़ा के आसपास पहुँची, छोटा टाउन है ये वहाँ पर। लेकिन चूंकि दोनों आरोपियों के पास वेपन होने की स्ट्रांग पॉसिबिलिटी थी, यहाँ पे भी उन्होंने फायरिंग की थी, तो इमीडिएटली हम लोगों ने यहाँ से वहाँ के SP साहब, भुज के SP साहब से कांटेक्ट किया, उनको रिक्वेस्ट की कि वो भी अपनी टीम प्रोवाइड करें, जिसके वजह से हमारी टीम थोड़ा फर्दर स्ट्रेंथन होगी और लोकल टेरेन की भी उनको ज़्यादा जानकारी रहती है। उस आधार पर इमीडिएटली PI गोणे की टीम और LCB के लोग नकटराणा से और 40 किलोमीटर आगे आशापुरा माता मंदिर है, रवा पार से 10 किलोमीटर पर माथानु मढ़ नाम का एक वहाँ पर मंदिर है, वहाँ पर ये दोनों आरोपी हमको मिले हैं। तो ये दोनों आरोपी को वहाँ से इमीडिएटली रात में ताबे में लिया गया, सुबह इनको बाई फ्लाइट बॉम्बे लाया गया और अभी उनको थोड़ी देर पहले अरेस्ट करके कोर्ट में प्रोड्यूस किया और माननीय कोर्ट ने 25 अप्रैल 2024 तक उनका PCR हमको दिया है। ਅੱਗੇ ਵਧਾਂਗੇ ਅਤੇ ਗੱਲ ਕਰਾਂਗੇ 24 ਦੇ ਚੈਂਪੀਅਨ ਦੀ। ਗੁਜਰਾਤ ਦੇ ਵਿੱਚ ਰੋਡ ਸ਼ੋਅ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਭਾਵੁਕ ਹੋ ਗਏ। ਕੇਜਰੀਵਾਲ ਨੂੰ ਯਾਦ ਕਰਦਿਆਂ ਸੀਐਮ ਮਾਨ ਦੀਆਂ ਅੱਖਾਂ ਭਰ ਆਈਆਂ। ਕੇਜਰੀਵਾਲ ਦੀ ਗ੍ਰਿਫਤਾਰੀ ਦੇ ਪਿੱਛੇ BJP ਦੀ ਸਾਜਿਸ਼ ਹੈ। ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਗ੍ਰਿਫਤਾਰੀ ਨੂੰ ਲੈ ਕੇ BJP ਨੂੰ ਨਿਸ਼ਾਨੇ 'ਤੇ ਲਿਆ ਗਿਆ। ਕੇਜਰੀਵਾਲ ਦੇ ਨਾਲ ਅੱਤਵਾਦੀ ਵਾਂਗ ਵਿਹਾਰ ਕਰ ਰਹੇ ਨੇ। ਸੀਐਮ ਮਾਨ ਨੇ ਵੀ ਵੱਡਾ ਹਮਲਾ ਬੋਲਿਆ, ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਆਮ ਆਦਮੀ ਪਾਰਟੀ ਨੂੰ ਰੋਕ ਨਹੀਂ ਸਕਦੇ। ਤੁਹਾਨੂੰ ਇਹ ਤਸਵੀਰਾਂ ਵੱਖਰਾ ਵਿਖਾ ਰਹੇ ਹਾਂ ਗੁਜਰਾਤ ਦੇ ਭਾਵਨਗਰ ਦੀਆਂ। ਦਰਅਸਲ ਜਦੋਂ ਉਹ ਲੋਕਾਂ ਨੂੰ, ਵਰਕਰਾਂ ਨੂੰ ਇਸ ਰੋਡ ਸ਼ੋਅ ਦੇ ਦੌਰਾਨ ਸੰਬੋਧਨ ਕਰ ਰਹੇ ਸਨ, ਜਦੋਂ ਉਹਨਾਂ ਦੇ ਵੱਲੋਂ ਮੁਲਾਕਾਤ ਦਾ ਜ਼ਿਕਰ ਕੀਤਾ ਗਿਆ, ਜੋ ਕਿ ਕੱਲ੍ਹ ਤਿਹਾੜ ਜੇਲ੍ਹ ਦੇ ਵਿੱਚ ਮੁੱਖ ਮੰਤਰੀ ਮਾਨ ਅਰਵਿੰਦ ਕੇਜਰੀਵਾਲ ਨੂੰ ਮਿਲੇ ਅਤੇ ਮੁਲਾਕਾਤ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਮਾਨ ਭਾਵੁਕ ਹੋ ਗਏ। ਉਹਨਾਂ ਨੂੰ ਯਾਦ ਕਰਦਿਆਂ, ਕੇਜਰੀਵਾਲ ਨੂੰ ਯਾਦ ਕਰਦਿਆਂ ਸੀਐਮ ਮਾਨ ਦੀਆਂ ਅੱਖਾਂ ਭਰ ਆਈਆਂ ਅਤੇ ਇਸੇ ਦੌਰਾਨ ਮੁੱਖ ਮੰਤਰੀ ਮਾਨ BJP 'ਤੇ ਵੀ ਜੰਮ ਕੇ ਵਰੇ। जब मैंने अरविंद केजरीवाल जी को मैं मिलने के लिए टाइम, मैं मुख्यमंत्री हूँ, वो भी मुख्यमंत्री हैं, लेकिन शीशा, एक शीशा सामने डाला हुआ था, हम फोन पे बात कर रहे हैं। यार ऐसे तो आतंकवादियों से भी नहीं बात होती होगी, क्या क्या गलत कर दिया उसने? उसने दिल्ली में अस्पताल बना दिए, ये गलती होगी उससे? उसने दिल्ली में सरकारी स्कूलों को अच्छा कर दिया, ये गलती होगी उससे? उसने दिल्ली में महिलाओं के लिए यात्रा फ्री कर दी बसों में, ये गलती होगी उससे? उसने
दिल्ली में बिजली के बिल जीरो कर दिए, ये गलती होगी उससे, यही गलती है बस अरविंद केजरीवाल की, आतंकवादियों की तरह उसको ट्रीट कर रहे हो आप। हाथ जाएगा, सिटिंग मुख्यमंत्री है और मुलाकात ऐसे कराते हो जैसे किसी बहुत बड़े आतंकवादी के साथ मिलने आए हो कोई, मैं भी मुख्यमंत्री वो भी मुख्यमंत्री। ये गलत फहमी में है, ये सत्ता वाले गलत फहमी में है कि एक ही पार्टी है जो हमको हरा सकती है, उसका नाम है आम आदमी पार्टी, उसके प्रधान को अंदर करके आप रोक लोगे? दरियाओं को रोका नहीं जा सकता, दरिया अपना रास्ता खुद बनाते हैं भाई साहब। मैं कहूंगा जेल के ताले टूटेंगे, आपने कहना है केजरीवाल छूटेंगे, जेल के ताले टूटेंगे, जेल के ताले टूटेंगे। मैं तो यही कहूंगा कि हम वो पत्ते नहीं, ये आप लोग सब पत्ते हैं, हम वो पत्ते नहीं जो शाख से टूट कर गिर जाएंगे, आंधियों को कह दो अपनी औकात में रहे। कोई बात नहीं भाई साहब, संकट के दिन है, हमको सबको केजरीवाल बनना पड़ेगा, यही मैसेज दिया कल उन्होंने यादव जी ने कि गुजरात वालों को कहना सारे केजरीवाल बन जाओ, सारे सच बोलने लगो, सारे सच के साथ हो जाओ, यही मैसेज है उनका। लोगों को अक्सर कहते सुना है कि जिंदा रहे तो फिर मिलेंगे, लेकिन इस दिल ने कहा है मिलते रहे तो जिंदा रहेंगे। उधर संगरूर तो टिकट ना मिलने से दलवीर गोल्डी नाराज नजर आ रहे हैं, दलवीर गोल्डी का दर्द छलकया है फेसबुक पे लाइव होकर, हाईकमान उन्होंने सवाल किया है कि मेरी कोई पहली बार टिकट नहीं कटी गई, वड्डा या छोटा लीडर केड़ा हुंदा है, हाईकमान ने यह भी दलवीर गोल्डी ने सवाल किया, उन्होंने कहा कि मेरी टिकट कट के जिन्होंने दिती है वह अज कितने ने, यह भी सवाल किया है। 2022 दी विधानसभा चोणा वेले वड्डे चेहरे की लोड़ सी जां हुण, दलवीर गोल्डी ने सवाल किया है। 2022 दी लोकसभा ਜ਼ਿਮਨੀ ਚੋਣ ਵੇਲੇ ਵੱਡੇ ਚਿਹਰੇ ਦੀ ਲੋੜ ਸੀ ਜਾਂ ਹੁਣ, ਜਦੋਂ ਸੀਐਮ ਮਾਨ ਦੇ ਖਿਲਾਫ ਵੱਡਾ ਚਿਹਰਾ ਚਾਹੀਦਾ ਸੀ ਉਦੋਂ ਮੈਂ ਲੜਿਆ, ਮੈਂ ਹਮੇਸ਼ਾ ਵਫਾਦਾਰੀ ਦੇ ਨਾਲ ਪਾਰਟੀ ਦੇ ਨਾਲ ਖੜਿਆ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਹਾਲਾਂਕਿ ਦਲਵੀਰ ਗੋਲਡੀ ਲਗਾਤਾਰ ਸੰਗਰੂਰ ਤੋਂ ਦਾਅਵੇਦਾਰ ਮੰਨੇ ਜਾ ਰਹੇ ਸੀ, ਜਿਹੜੇ ਕਿ ਧੂਰੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਵੀ ਰਹਿ ਚੁੱਕੇ ਨੇ। ਤਾਂ ਜੋ 2022 ਦੇ ਵਿੱਚ ਸੰਗਰੂਰ ਜ਼ਿਮਨੀ ਚੋਣ ਹੋਈ ਉਸ ਵੇਲੇ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ, ਹਾਲਾਂਕਿ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਜਿੱਤਣ ਦੇ ਵਿੱਚ ਕਾਮਯਾਬ ਰਹੇ, ਅਤੇ ਜਦੋਂ ਹੁਣ ਟਿਕਟ ਕੱਟੀ ਗਈ, ਟਿਕਟ ਨਹੀਂ ਮਿਲੀ, ਤਾਂ ਇਸ ਨੂੰ ਲੈ ਕੇ ਹੁਣ ਦਲਵੀਰ ਗੋਲਡੀ ਦੇ ਵੱਲੋਂ ਹਾਈਕਮਾਨ ਨੂੰ ਕਈ ਸਵਾਲ ਕੀਤੇ ਗਏ। ਛੋਟਾ ਲੀਡਰ ਕੀ ਹੁੰਦਾ, ਕੀ ਇਹ ਵੱਡਾ ਲੀਡਰ ਪੈਸੇ ਨਾਲ ਇਹਦਾ ਮਾਪਦੰਡ ਹੁੰਦਾ ਵੀ ਅਮੀਰ ਜਾਂ ਗਰੀਬ ਲੀਡਰ ਹੁੰਦਾ, ਜਾਂ ਉਹ ਜਿਹੜਾ ਵਫਾਦਾਰ ਲੀਡਰ ਹੁੰਦਾ? ਇਹਦੀਆਂ ਮੈਂ ਤੁਹਾਨੂੰ ਇੱਕ ਦੋ ਉਦਾਹਰਨਾਂ ਦਿੰਦਾ। ਇਹ ਕੋਈ ਪਹਿਲੀ ਵਾਰ ਟਿਕਟ ਨਹੀਂ ਕੱਟੀ ਮੇਰੀ, ਜਦੋਂ ਮੈਂ ਯੂਨੀਵਰਸਿਟੀ ਤੋਂ 2008 ਚ ਆਇਆ ਆਪਦੇ ਹਲਕੇ ਚ ਧੂਰੀ ਚ, ਤਾਂ ਲਗਾਤਾਰ ਮਿਹਨਤ ਕਰਕੇ 2012 ਦੀ ਮੈਂ ਟਿਕਟ ਦੀ ਮੰਗ ਕਰੀ, ਉਦੋਂ ਮੇਰੀ ਟਿਕਟ ਕੱਟ ਕੇ
ਜਿਹੜੇ ਵੀ ਉਮੀਦਵਾਰ ਨੂੰ ਦਿੱਤੀ ਗਈ, ਮੈਂ ਪਾਰਟੀ ਹਾਈਕਮਾਂਡ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਉਹ ਆਪਣੀ ਪਾਰਟੀ ਦਾ ਹਿੱਸਾ ਨੇ ਪਰ ਦਲਵੀਰ ਸਿੰਘ ਗੋਲਡੀ ਉੱਥੇ ਦਾ ਉੱਥੇ ਖੜਾ। ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ 2014 ਦੀ, ਉਦੋਂ ਮੇਰੀ ਟਿਕਟ ਕੱਟੀ ਗਈ ਕਿ ਉਹ ਉਮੀਦਵਾਰ ਉਦੋਂ ਜਿਹੜਾ ਤੁਸੀਂ ਨੇ ਬਣਾਇਆ ਸੀ ਉਹ ਪਾਰਟੀ ਨਾਲ ਖੜਾ ਜਾਂ ਨਹੀਂ ਖੜਾ, ਪਰ ਦਲਵੀਰ ਸਿੰਘ ਉੱਥੇ ਦਾ ਉੱਥੇ ਖੜਾ। ਫਿਰ 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ, ਜਿਹਦੇ ਚ ਮੇਰੀ ਵਾਈਫ ਸਿਮਰ ਤਿਆਰੀ ਕਰ ਰਹੀ ਸੀ, ਸਾਡੀ ਟਿਕਟ ਕੱਟੀ ਗਈ ਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕਿ ਉਹ ਅੱਜ ਆਪਣੀ ਪਾਰਟੀ ਚ ਹੈ ਜਾਂ ਨਹੀਂ ਹੈ, ਪਰ ਦਲਵੀਰ ਸਿੰਘ ਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜਾ। ਤੇ ਇੱਕ ਗੱਲ ਮੈਂ ਹੋਰ, 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕਿ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ? ਜਦੋਂ 2022 ਦੀ ਜਿਮਣੀ ਚੋਣ, ਲੋਕ ਸਭਾ ਜਿਮਣੀ ਚੋਣ ਆਈ, ਜਦੋਂ ਸਾਰੇ ਲੀਡਰ ਭੱਜ ਗਏ, ਕੋਈ ਲੜਨ ਲਈ ਤਿਆਰ ਨਹੀਂ ਸੀ, ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ? ਤੇ ਫਿਰ ਲਗਾਤਾਰ ਮੈਂ ਕੰਮ ਕਰਿਆ, ਮੇਰੇ ਨਾਲ ਪਾਰਟੀ ਨੇ ਕਮਿਟਮੈਂਟ ਕਰੀ ਕਿ ਤੁਹਾਨੂੰ ਇਹ ਜਿਮਣੀ ਚੋਣ ਲੜਾ ਰਹੇ ਹਾਂ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਂਗੇ। ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫਿਰ ਕੱਟਤੀ, ਕੋਈ ਗੱਲ ਨਹੀਂ, ਪਰ ਜੋ ਵੀ ਪਾਰਟੀ ਦਾ ਫੈਸਲਾ ਮੈਂ ਉਹਦੇ ਅੱਗੇ ਆਪਦਾ ਸਿਰ ਚੁਕਾਉਣਾ। 2022 ਦੀ ਇਲੈਕਸ਼ਨ ਵਿੱਚ ਅਸੈਂਬਲੀ ਸਭ ਤੋਂ ਵਰਸਟ ਪਰਫਾਰਮੈਂਸ ਹੈ, 2,18,000 ਵੋਟ ਪੈਂਦੀ ਹੈ। ਜਦੋਂ ਜਿਮਨੀ ਚੋਣ ਆਉਂਦੀ ਹੈ, ਦਲਵੀਰ ਗੋਲਡੀ ਲੜਦਾ, ਉਦੋਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਨਹੀਂ ਹਰਾਊਗਾ, ਸਿਮਰਨਜੀਤ ਮਾਨ ਹਰਾਊਗਾ। ਉਹ 1.5-2 ਲੱਖ ਕਾਂਗਰਸ ਦੀ ਵੋਟ ਸ਼ਿਫਟ ਹੋਈ ਸਿਮਰਨਜੀਤ ਸਿੰਘ ਮਾਨ ਉਤੋਂ ਜਿੱਤ ਗਏ। ਇਸ ਵਾਰ ਉਹ ਸਥਿਤੀ ਨਹੀਂ ਹੈਗੀ। ਇਸ ਵਾਰ ਕਾਂਗਰਸ ਦੇ ਨੂੰ ਭਰੋਸਾ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਡਿਫੀਟ ਕਰਨਾ। ਸੰਗਰੂਰ ਦਾ ਪਿਛਲੇ 30 ਸਾਲ ਦਾ ਇਤਿਹਾਸ ਹੈ ਦੈਟ ਦੇ ਹੈਵ ਆਲਵੇਜ਼ ਵੋਟਡ ਅਗੇਂਸਟ ਦੀ ਪ੍ਰੈਜੈਂਟ ਗਵਰਨਮੈਂਟ ਡਿਊਰਿੰਗ ਪਾਰਲੀਮੈਂਟ ਇਲੈਕਸ਼ਨਸ। ਔਰ ਮੈਨੂੰ ਲੱਗਦਾ ਕਿ ਸ਼ਾਇਦ ਇਹ ਫਾਈਟ 'ਚ ਹੀ ਨਾ ਹੋਣ, ਇੱਦਾਂ ਦੇ ਹਾਲਾਤ ਵੀ ਬਣੇ ਹੋਏ ਨੇ ਕਿ ਸ਼ਾਇਦ ਫਾਈਟ 'ਚ ਹੀ ਨਾ ਹੋਣ। ਐਲਾਨ ਹੋ ਚੁੱਕਾ, ਉਮੀਦਵਾਰ ਐਲਾਨ ਦਿੱਤਾ ਪਾਰਟੀ ਨੇ, ਕਦੋਂ ਹੁਣ ਜਿਹੜਾ ਹੈਗਾ ਕੰਪੇਨ ਸ਼ੁਰੂ ਕਰ? ਬਸ ਮੈਂ ਅੱਜ ਤੋਂ ਸ਼ੁਰੂਆਤ ਹੈ ਸਾਡੀ। ਮੈਂ ਹੁਣ ਜਿਹੜੇ ਸਾਡੇ ਅੱਛੇ ਲੀਡਰਸ ਨੇ ਜਿਹੜੇ ਪਹਿਲਾਂ ਇਲੈਕਸ਼ਨਾਂ ਲੜੇ ਨੇ, ਜਿਹੜੇ ਟਿਕਟ ਸਪਲਾਈ, ਟਿਕਟ ਅਪਲਾਈ ਕਰਨਾ ਸਭ ਦਾ ਅਧਿਕਾਰ ਹੈ, ਉਹਨਾਂ ਸਾਰਿਆਂ ਨਾਲ ਗੱਲਾਂ ਹੋ ਗਈਆਂ ਨੇ। ਆਈ ਵਿਲ ਬੀ ਸ਼ੋਰਟਲੀ ਸਟਾਰਟਿੰਗ ਮਾਈ ਕੈਂਪੇਨ। ਕਿਸੇ ਤਰ੍ਹਾਂ ਦਾ ਵਿਰੋਧ ਉੱਥੋਂ ਮੈਨੂੰ ਨਜ਼ਰ ਨਹੀਂ ਆ ਰਿਹਾ? ਸਭ ਤੋਂ ਘੱਟ ਅਗਰ ਪੰਜਾਬ ਦੇ ਵਿੱਚ ਕੋਈ ਵਿਰੋਧ ਹੋਊਗਾ ਤਾਂ ਸੰਗਰੂਰ ਦੇ ਵਿੱਚ। ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਤੀਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਨਿਊਜ਼ 18 ਦੀ ਖਬਰ ਤੇ ਆਖਿਰਕਾਰ ਮੋਹਰ ਲੱਗੀ। ਸ਼ਹਿਰੀ ਕਲਸੀ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਬਟਾਲਾ ਤੋਂ ਮੌਜੂਦਾ ਵਿਧਾਇਕ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ, ਜਿਹੜੇ ਕਿ ਪਹਿਲੀ ਵਾਰ 2022 ਦੇ ਵਿੱਚ ਜਿੱਤ ਕੇ ਵਿਧਾਨ ਸਭਾ ਪਹੁੰਚੇ, ਤਾਂ ਜਲੰਧਰ ਤੋਂ ਪਵਨ ਕੁਮਾਰ ਟਿੰਦ ਨੂੰ ਟਿਕਟ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਮਿਲੀ ਹੈ। ਲੁਧਿਆਣਾ ਸੈਂਟਰਲ ਤੋਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ, ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾਬਰਾ ਨੂੰ ਟਿਕਟ ਦਿੱਤੀ ਗਈ ਹੈ। ਮੁਕਤਸਰ ਤੋਂ ਜਿਹੜੇ ਕਿ ਮੌਜੂਦਾ ਵਿਧਾਇਕ ਨੇ, ਇਸ ਤਰ੍ਹਾਂ ਸਾਰੀਆਂ 13 ਸੀਟਾਂ 'ਤੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਜਾ ਚੁੱਕੇ ਨੇ। 3 ਸੂਚੀਆਂ ਜਾਰੀ ਕੀਤੀਆਂ ਗਈਆਂ ਆਮ ਆਦਮੀ ਪਾਰਟੀ ਦੇ ਵੱਲੋਂ। ਹੁਣ ਤੱਕ 13 ਦੀਆਂ 13 ਸੀਟਾਂ 'ਤੇ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪਿਕਚਰ ਜਿਹੜੀ ਕਿ ਬਿਲਕੁਲ ਕਲੀਅਰ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਜਿੱਥੇ 5 ਮੰਤਰੀ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਅਤੇ ਹੁਣ ਮੌਜੂਦਾ ਵਿਧਾਇਕਾਂ ਨੂੰ ਵੀ ਜਿਹੜਾ ਕਿ ਟਿਕਟ ਦਿੱਤੀ ਗਈ ਹੈ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਉੱਥੇ ਪਵਨ ਕੁਮਾਰ ਟਿੰਨੂ ਜਿਹੜੇ ਕਿ ਪਰਸੋਂ ਹੀ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ, ਉਹਨਾਂ ਨੂੰ ਜਲੰਧਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ।